ਕੰਗਨਾਰਰ ਨੌਤ ਨੇ ਜਿਹੜਾ ਟਵੀਟ ਕੀਤਾ ਸੀਗਾ ਉਹਦੇ ਵਿੱਚ ਅਸੀਂ ਕੁਝ ਵਕੀਲ ਸਾਥੀਆਂ ਨੇ ਰਲ ਕੇ ਆਪਣੇ ਆਪਣੇ ਤੌਰ ਤੇ ਚਾਰਾ ਜੋ ਕੀਤੀ ਹੈ ਸਭ ਤੋਂ ਪਹਿਲਾਂ ਹਾਕਮ ਸਿੰਘ ਜੀ ਹਨਾ ਨੇ ਇਹਦੇ ਤੇ ਪੈਰਵਾਈ ਕੀਤੀ ਨਾਲ ਹੀ ਉਹਦਾ ਸਾਡੇ ਵੱਲੋਂ ਵੀ ਇੱਕ ਨੋਟਿਸ ਸਪੀਡ ਪੋਸਟ ਰਾਹੀਂ ਉਹ ਕੰਗਨਾਰਰ ਨੌਤ ਨੂੰ ਭੇਜਿਆ ਗਿਆ ਤੇ ਕੱਲ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਹਦੇ ਤੇ ਨੋਟਿਸ ਲਿਆ ਤੇ ਸਾਡੀ ਮਾਨਯੋਗ ਚੇਅਰਪਰਸਨ ਔਮੇਨ ਸੈੱਲ ਮਨੀਸ਼ਾ ਘੁਲਾਟੀ ਜੀ ਨੇ ਵੀ ਉਹਨਾਂ ਨੂੰ ਕਾਲ ਕੀਤੀ ਹੈ ਤੇ ਜੋ ਵੀ ਇਹ ਚੱਲ ਰਿਹਾ ਟਵਿੱਟਰ ਦੀ ਜੰਗ ਚੱਲ ਰਹੀ ਹੈ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਇਹ ਸਰਕਾਰ ਦੀ ਮਨਸ਼ਾ ਅੰਦੋਲਨ ਨੂੰ 扑ਟਕਾਉਣ ਲਈ ਹੈ ਬਿਲਕੁਲ ਜਿਹੜੀ ਸਾਡੀ ਬੀਬੀ ਸੀ ਕਿ ਬਠਿੰਡੇ ਦੇ ਨਾਲ ਰਹਿਣ ਵਾਲੀ ਉਹਨੂੰ ਕਿਹਾ ਗਿਆ ਸੀ ਵੀ ਇਹ ਹੈ ਉਹ ਜੀਆਂ ਜਿਹੜੀਆਂ ਸਾਡੀਆਂ ਮਾਤਾ ਜਿਹੜੀਆਂ ਦਿੱਲੀ ਸੰਘਰਸ਼ ਦੇ ਵਿੱਚ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹੈ ਵੀ ਉਹ 100-100 ਰੁਪਏ ਦੀ ਹਾੜੀ ਦੇ ਵਿੱਚ ਮਿਲ ਜਾਂਦੀਆਂ ਬਿਲਕੁਲ ਹੋ ਸਕਦਾ ਕੰਗਨਾਰ ਅਰਨੋਤ ਨੂੰ ਪ੍ਰਮਾਤਮਾ ਨੇ भेज ਦਿੱਤਾ ਵੀ ਉਹਨੂੰ ਬਿਲਕੁਲ ਫਿਲਮਾਂ ਦੀ ਚੀਜ਼ ਹੈ ਪਰ ਜੋ ਪੰਜਾਬੀ ਸੰਘਰਸ਼ ਹੈ ਜੋ ਪੰਜਾਬੀਆਂ ਦਾ ਹਿੱਸਾ ਹੈ ਜੋ ਪੰਜਾਬ ਦੇ ਵਿੱਚ ਇਹਨਾਂ ਮਾਵਾ ਭੈਣਾ ਕਰਕੇ ਪੰਜਾਬ ਦੀ ਧਰਤੀ ਜਾਣੀ ਜਾਂਦੀ ਹੈ ਜੋ ਉਹਨਾਂ ਨੇ ਗਲਤ ਸ਼ਬਦਾਵਲੀ ਪੈਦਾ ਕੀਤੀ ਹੈ ਉਹਦੇ ਲਈ ਸਾਰਾ ਪੰਜਾਬ ਅੱਜ ਉਹਨੂੰ ਲੜਨਤਾ ਪਾ ਰਿਹਾ ਹੈ ਤੇ ਇੱਕ ਇੱਕ ਮੋਠ ਹੋ ਕੇ ਖੜਾ ਹੈ ਜੇਕਰ ਉਹਦੇ ਕੋਲੋਂ ਮਾਫੀ ਨਾ ਮੰਗੀ ਗਈ ਤਾਂ ਸਾਰੇ ਪੰਜਾਬ ਵੱਲੋਂ ਜਿੱਥੋਂ-ਜਿੱਥੋਂ ਵੀ ਕੋਈ ਚਾਰਾ ਜੋਈ ਕਰ ਰਿਹਾ ਅਸੀਂ ਆਪਣੇ ਤੌਰ ਤੇ ਉਹਦੇ ਤੇ ਮਾਨ ਮਾਨ ਹਾਨੀ ਦਾ ਕੇਸ ਦਾਇਰ ਕਰਕੇ ਉਹਨੂੰ ਕਾਲ ਕਰਾਂਗੇ ਅਸੀਂ ਮਾਫੀ ਮੰਗਣ ਵਾਸਤੇ ਉਹਨੂੰ 7 ਦਿਨ ਦਾ ਸਮਾਂ ਦਿੱਤਾ ਤੇ ਮੈਨੂੰ ਲੱਗਦਾ ਵੀ ਅੱਜ ਉਹਨਾਂ ਨੂੰ ਨੋਟਿਸ ਜਿਹੜਾ ਹੈਗਾ ਉਹ ਉੱਥੇ ਡਿਲੀਵਰ ਹੋ ਗਿਆ ਹੋਣਾ ਤੇ ਦੇਖਦੇ ਆਉਣ ਵਾਲੇ ਸਮੇਂ ਵਿੱਚ ਕੀ ਕੀ ਹੋ ਸਕਦਾ ਪਰ ਉਹਦਾ ਕਿਤਨਾ ਕਿਤੇ ਮੈਨੂੰ ਲੱਗਦਾ ਵੀ ਇਹਦਾ ਮੈਂਟਲ ਸੈਟਅਪ ਹੈ ਉਹ ਜਿਹੜਾ ਜਿਹੜੀ ਮਹਾਰਾਸ਼ਟਰੀ ਸਰਕਾਰ ਸੀ ਸ਼ਿਵ ਸ਼ਨਾਹ ਸਰਕਾਰ ਸੀ ਉਹਦੇ ਪ੍ਰਤੀ ਉਹ ਤਾਂ ਹੌਸਲਾ ਵੱਧ ਗਿਆ ਪਰ ਉਹਨੇ ਪੰਜਾਬੀਆਂ ਦਾ ਜਜ਼ਬਾ ਤੇ ਪੰਜਾਬ ਦੀਆਂ ਮਾਵਾਂ ਦੇ ਕੁੱਖੋਂ ਪੈਦਾ ਕੀਤਾ ਕਿ ਉਹ ਇਤੇ ਜਿਹੜੀ ਜਵਾਨੀ ਆ ਉਹਦਾ ਹਜੇ ਤੱਕ ਹਸ਼ਰ ਨਹੀਂ ਦੇਖਿਆ ਮਾਫੀ ਮੰਗਣੀ ਉਹਦੇ ਕੋਲ ਇੱਕੋ ਇੱਕ ਹੱਲ ਹੈ ਨਹੀਂ ਤਾਂ ਜੋ ਵੀ ਉਹਨੇ ਕੀਤਾ ਉਹਦੇ ਅਸੀਂ ਮਾਫੀ ਮੰਗਾ ਕੇ ਛੱਡਾਂਗੇ ਦੇਖੋ ਇਹ ਜੋ ਪੁੱਠੇ ਸਿੱਧੇ ਬਿਆਨ ਦੇ ਰਹੀ ਹੈ ਮੈਨੂੰ ਲੱਗਦਾ ਉਹ ਸਰਕਾਰ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਇਸ ਅੰਦੋਲਨ ਨੂੰ ਮਾਈਂਡ ਡਿਵਰਟ ਕਰਨਾ ਚਾਹੁੰਦੀ ਹੈ ਜੋ ਅੱਜ ਕਿਸਾਨੀ ਸੰਘਰਸ਼ ਦੇ ਜੋ ਵੀ ਨੌਜਵਾਨ ਨੇ ਬਜ਼ੁਰਗ ਨੇ ਬੱਚੇ ਨੇ ਮਾਤਾ ਮਤਾਵਾਂ ਨੇ ਉਹ ਬਿਲਕੁਲ ਉੱਥੇ ਡਟੇ ਖੜੇ ਨੇ ਕਿਤਨਾ ਕਿਤੇ ਇਹ ਉਹਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਨਾਲ ਹੋ ਰਿਹਾ ਵੀ ਮੈਨੂੰ ਕਿਹੜਾ ਬੰਬੇ ਤੋਂ ਕਿਸੇ ਨੇ ਬੁਲਾਉਣਾ ਪਰ ਉਹਨੂੰ ਇੱਕ ਗੱਲ ਯਾਦ ਨਹੀਂ ਵੀ ਜਦੋਂ ਉਹ ਆਪਦੇ ਹਿਮਾਚਲ ਜਾਂਦੀ ਹੈ ਤਾਂ ਉਹ 에어ਪੋਰਟ ਇੰਡੀਆ ਵਾਲੇ ਇੱਥੇ ਚੰਡੀਗੜ੍ਹ ਚ ਲੈਂਦੀ ਹੈ ਇੱਥੇ ਜਹਾਜ਼ ਲੈ ਕੇ ਉਹ ਜਾਂਦੀ ਹੈ ਉੱਥੇ ਹਿਮਾਚਲ ਕਦੇ ਨਾ ਕਦੀ ਸਮਾਂ ਆ ਜਾਂਦਾ ਆਪਦੇ ਘਰਵਣ ਨਹੀਂ ਦੇਾਂਗੇ ਉਹਨੂੰ ਜਿੰਨਾ ਚਿਰ ਪੰਜਾਬੀ ਤੋਂ ਮਾਫੀ ਨਹੀਂ ਮੰਗਦੀ ਬਿਲਕੁਲ ਜੋ ਆਈ ਦੀ ਚੀਜ਼ ਹੈ ਜਿੰਨਾ ਚਿਰ ਕਿਸੇ ਦੀ ਸੱਚਾਈ ਨਾ ਪਤਾ ਹੋਵੇ ਹਰੇ ਹੋ ਸਕਦਾ ਮੇਰੀ ਕਰੀਬੀ ਪਰਿਵਾਰ ਦਾ ਹਿੱਸਾ ਹੈ ਜਿਹੜੀ ਅਸੀਂ ਸੰਜੀਦਗੀ ਨਾਲ ਤਾਂ ਜਿਹੜੀ ਅਸੀਂ ਸੰਘਰਸ਼ ਲੜ ਰਹੇ ਆਂ ਸ਼ਾਇਦ ਇਹੋ ਜੀ ਮੁਸੀਬਤ ਉਹਦੇ ਤੇ ਜਦੋਂ ਆਈ ਸੀ ਕਿੰਨਾ ਰੌਲਾ ਪਾਇਆ ਸੀ ਉਹਨੇ ਜਦੋਂ ਉਹਦੇ ਘਰ ਘਰਟਾਇਆ ਸੀ ਸ਼ਿਵ ਸੇਨਾ ਦੀ ਸਰਕਾਰ ਨੇ ਉਦੋਂ ਤਾਂ ਬਹੁਤ ਰੌਲਾ ਪਾਇਆ ਸੀ ਵੀ ਮੈਂ ਦੇਖ ਲਾਂਗੀ ਇਹ ਕਰ ਲਾਂਗੀ ਉਹ ਕਰ ਲਾਂਗੀ ਕਿਸੇ ਦੇ ਸੀਨੇ ਤੇ ਜਾਂ ਕਿਸੇ ਦੇ ਸੱਟ ਨਹੀਂ ਮਾਰਨੀ ਚਾਹੀਦੀ ਇਹ ਸੱਟਾਂ ਕਈ ਵਾਰ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਲੈ ਕੇ ਬੈਠ ਜਾਂਦੀਆਂ ਸ਼ਾਇਦ ਐਸ ਗੱਲ ਤੋਂ ਵਾਕਿਫ ਨਹੀਂ ਹੈ ਮੈਂ ਉਹਨਾਂ ਨੂੰ ਰਜਿਸਟਰਡ ਪੋਸਟ ਰਾਹੀਂ ਭੇਜਿਆ ਤੇ ਮੈਨੂੰ ਉਹ ਭੇਜਿਆ ਸੀਗਾ ਇੱਕ ਤਰੀਕ ਨੂੰ ਤੇ ਯਕੀਨਨ ਹੈ ਮੈਨੂੰ ਲੱਗਦਾ ਹੈ ਵੀ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਉਹਨੂੰ ਡਿਲੀਵਰ ਹੋ ਜਾਏਗਾ ਪਰ ਮੈਨੂੰ ਲੱਗਦਾ ਹੈ ਵੀ ਜੋ ਹੰਕਾਰ ਉਹਨਾਂ ਨੇ ਕੀਤਾ ਮੈਨੂੰ ਲੱਗਦਾ ਨਹੀਂ ਵੀ ਉਹ ਜਵਾਬ ਦੇਣਗੇ ਕਿਉਂਕਿ ਉਹ ਟਵਿੱਟਰ 'ਚ ਬਹੁਤ ਬੀਜ਼ੀ ਨੇ ਤੇ ਉਹਨਾਂ ਦੇ ਜਿਹੜੇ ਪ੍ਰਾਣੀਆਂ ਗੱਲਾਂ ਨੇ ਉਹ ਵੀ ਉਹਨਾਂ ਨੂੰ ਦੇਖਣ ਹੋਣੀਆਂ ਪਰ ਅਸੀਂ ਉਹਨਾਂ ਤੇ ਬਿਲਕੁਲ ਯਕੀਨਨ ਕਹਿ ਸਕਦਾ ਜਿੰਨੇ ਵੀ ਸਾਡੇ ਵਕੀਲ ਸਹਿਬਾਨਾ ਨੇ ਉਹਦੇ ਤੇ ਚਾਰਾ ਜੋ ਲਈ ਇਹ ਵਚਨਬੰਦ ਕੀਤਾ ਸੀ ਅਲੱਗ-ਅਲੱਗ ਕੇਸ ਕਰਕੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹ ਪੈਦਾ ਕਰ ਦਿਆਂਗੇ ਵੀ ਇਹਨੇ ਕੇਸ ਉੱਤੇ ਕਰ ਦਿਆਂਗੇ ਵੀ ਉਹਨੂੰ ਬਿਲਕੁਲ ਯਕੀਨਨ ਤੌਰ ਤੇ ਪੰਜਾਬ ਦੀ ਉਸ ਮਾਂ ਤੋਂ ਮਾਫੀ ਮੰਗਣੀ ਪੈਗੀ ਉਹ ਮਾਂ ਮਾਂ ਪੰਜਾਬ ਦੀ ਹੈ ਸਾਡੀ ਹੈ ਬਿਲਕੁਲ ਉਸ ਦੀ ਮਾਫੀ ਮੰਗਾ ਕੇ ਛੱਡਾਂਗੇ ਇਸ ਤੋਂ ਬਿਨਾ ਕੋਈ ਹੋਰ ਹੱਲ ਨਹੀਂ